ਪੰਜਾਬੀ ਵੀਰੇ ਕੁਛ ਵੀ ਕਰ ਸਕਦੇ ਆ। ਅੱਜ ਮੇਰੇ ਲਈ ਬਹੁਤ ਵੱਡਾ ਦਿਨ ਆ ਤੇ ਮੈਂ ਦਲਜੀਤ ਦੋਸਾਂਝ ਦਾ ਸ਼ੋਅ ਦੇਖਣ ਆਇਆ। ਪਹਿਲੀ ਵਾਰ ਕਿਸੇ ਪੰਜਾਬੀ ਨੇ ਬੁੱਕ ਕੀਤਾ ਏ, ਬਹੁਤ ਵਧੀਆ ਲੱਗਿਆ ਵੀਰੇ, ਸਵਾਦ ਆ ਗਿਆ। ਜਿਹੜਾ ਗਾਣਾ ਗਾਇਆ ਵੀਰੇ ਨੇ ਪੱਗਾਂ ਪੋਚਮੀਆਂ ਵਾਲੇ, ਉਹ ਗਾਣੇ 'ਚ ਗੂਸ ਬੰਪਸ ਆ ਗਏ। Representing all of us up there. Everyone here is from different places in the world, came to see one of our people perform our music from our country. Meri akhan jo pani aan nu tyar aa, and especially mere bacche itthe aaye ne, and I'm so excited to show that this is our religion, this is our banda that's out there on stage. And kinne log hi aaye ne, all across the United States, all across Canada, that have come here to watch Diljit. My voice is gonna be the best night of my life. ਧੰਨਵਾਦ, ਤੈ ਦਿਲੋਂ ਧੰਨਵਾਦ। ਤੁਸੀਂ ਇਹ ਡ੍ਰੀਮ ਵੀ ਪੂਰਾ ਕੀਤਾ, ਆਪਣਾ ਵੀ ਅਤੇ ਮੇਰਾ ਵੀ, ਅਤੇ ਸਾਡੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ, ਸਾਡੇ ਆਉਣ ਵਾਲੇ ਜਿਹੜੇ ਨਿਆਣੇ ਹੈ, ਅਤੇ ਤੁਸੀਂ ਉਹਨਾਂ ਦਾ ਵੀ ਡ੍ਰੀਮ ਪੂਰਾ ਕੀਤਾ। ਇਹ ਹਿਸਟਰੀ ਅੱਜ ਕ੍ਰੀਏਟ ਕੀਤੀ ਹੈ ਤੁਸੀਂ ਸਾਰਿਆਂ ਨੇ। ਜ਼ੋਰਦਾਰ ਤਾੜੀਆਂ ਤੁਹਾਡੇ ਸਾਰਿਆਂ ਦੇ ਲਈ। ਇਹ ਹਿਸਟਰੀ ਤੁਸੀਂ ਕ੍ਰੀਏਟ ਕੀਤੀ ਆ, ਮੈਂ ਨਹੀਂ ਕ੍ਰੀਏਟ ਕੀਤੀ, ਇਹ ਤੁਸੀਂ ਕ੍ਰੀਏਟ ਕੀਤੀ ਆ ਸਾਡੇ ਆਉਣ ਵਾਲੀ ਯੂਥ ਲਈ, ਆਉਣ ਵਾਲੀ ਜਨਰੇਸ਼ਨ ਲਈ। ਇਹ ਉਹ ਰਾਈਟ ਵੇ ਸੋਚ ਸਕਣ ਕਿ ਕਿਉਂ ਨਹੀਂ ਸਟੇਡੀਅਮ ਭਰ ਸਕਦੇ ਅਸੀਂ। ਪੰਜਾਬੀ ਵੀਰੇ ਕੁਛ ਵੀ ਕਰ ਸਕਦੇ ਆ। ਹੋਰਿਆਂ ਨੂੰ ਵੀ ਪਤਾ ਲੱਗੂਗਾ ਵੀ ਹਾਂ ਵੀ ਪੰਜਾਬੀ ਆ ਗਏ। ਮੈਂ 45 ਸਾਲ ਤੋਂ ਕੈਨੇਡਾ 'ਚ ਰਹਿ ਰਿਹਾ, ਫਸਟ ਟਾਈਮ ਵੀ ਸੀਇੰਗ ਦਿਸ ਕਾਈਂਡ ਆਫ ਇਵੈਂਟਸ ਐਨ ਬੀ ਸੀ ਪਲੇਸ। ਬੀ ਸੀ ਪਲੇਸ ਬਹੁਤ ਜ਼ਿਆਦਾ ਸ਼ੋਅ ਦੇਖਿਆ, ਪਰ ਪੰਜਾਬੀ ਸ਼ੋਅ ਪਹਿਲੀ ਵਾਰੀ ਹੋ ਰਿਹਾ। ਬੜੇ ਚਿਰ ਬਾਅਦ ਮੈਂ ਇਸ ਸਟੇਡੀਅਮ ਨੂੰ ਦੇਖਿਆ, ਆਏ ਹਾਏ ਆਏ ਲਾਭ ਹੈ। ਅੱਜ ਮੇਰੇ ਲਈ ਬਹੁਤ ਵੱਡਾ ਦਿਨ ਆ ਅਤੇ ਮੈਂ ਦਲਜੀਤ ਦੋਸਾਂਝ ਦਾ ਸ਼ੋਅ ਦੇਖਣ ਆਇਆ, ਆਪਣੇ ਬੱਚੇ ਦਾ ਸ਼ੋਅ ਦੇਖਣ। ਸਾਡੀ ਕਮਿਊਨਿਟੀ ਲਈ ਬਹੁਤ ਵੱਡੀ ਗੱਲ ਆ ਕਿ ਸਾਡਾ ਬੰਦਾ ਜਿਹੜਾ ਟਰਬਨ ਬਣ ਕੇ ਇੱਥੇ ਤੱਕ ਪਹੁੰਚ ਰਿਹਾ, ਰਾਈਟ, ਜਿੱਥੇ ਵੱਡੇ ਵੱਡੇ ਹਾਲੀਵੁੱਡ ਵਾਲੇ ਲੋਕਾਂ ਦੇ ਸ਼ੋਅ ਹੁੰਦੇ ਆ। ਅਸੀਂ ਅੱਜ ਕੰਮ ਤੋਂ ਸਵੇਰੇ ਸਵੇਰੇ ਛੁੱਟੀ ਲਿੱਤੀ ਆ ਕਿ ਛੇਤੀ ਜਾ ਕੇ ਉੱਥੇ ਜਾਣਾ ਹੈ। ਪੂਰੇ 5 ਵਜੇ ਤਿਆਰ ਹੋ ਕੇ ਕਾਲਜ ਲਾ ਕੇ ਇੱਥੇ ਪਹੁੰਚ ਗਏ ਸੀ। ਅਸੀਂ ਲਾਈਨ 'ਚ ਖੜ੍ਹੇ ਸੀ, ਦਲਜੀਤ ਮਿਲ ਗਿਆ, ਇੰਨਾ ਜ਼ਿਆਦਾ ਵਧੀਆ ਲੱਗਿਆ ਵੀ ਨਜ਼ਾਰਾ ਆ ਗਿਆ ਜੋ ਦਲਜੀਤ ਨੇ ਕੀਤਾ। 50,000 ਤੋਂ ਉੱਤੇ ਬੰਦਾ ਇਕੱਠਾ ਕਰ ਲਿਆ, ਉਹ ਵੀ ਪੀਸੀ ਪਲੇਅ 'ਚ। 20,000 ਕਰਦੇ ਹੁੰਦੇ ਸੀਗੇ ਉਹ ਰੋਜਰ ਸਰੀਨਾ 'ਚ, 50,000 ਨੋਬਡੀ ਈਵਨ ਥੋਟ ਅਬਾਊਟ ਇਟ। 2 ਸਾਲ ਪਹਿਲਾਂ ਰੋਜਰ ਸਰੀਨਾ, ਨਾਓ ਬੀਸੀ ਪਲੇਅ ਐਂਡ ਹਾਊਸਫੁਲ, ਇਟ ਵਾਸ ਫਕਿੰਗ ਸਿਕ। ਆਈ ਡੋਨਟ ਬਲੀਵ ਕਿ ਮੈਂ ਹਿਸਟਰੀ ਦੇ ਪਾਰ ਹੈਗੀ ਆ। ਫਸਟ ਆਫ ਆਲ ਹਜੇ ਵੀ ਉਹਨਾਂ ਦੀ એનર્ਜੀ ਜਦੋਂ ਸਾਡੀ ਤੇ ਆ ਰਹੀ ਸੀ ਨਾ, ਆਈ ਕਾਂਟ ਐਕਸਪਲੇਨ ਦੈਟ એનર્ਜੀ। ਲਾਈਕ ਹੀ ਇਜ਼ ਦਾ ਵਨ, ਹੀ ਇਜ਼ ਦਾ ਬੋਟ, ਹੀ ਇਜ਼ ਦਾ ਓਨਲੀ ਪਰਸਨ ਆਈ ਐਡਮਾਇਰ ਇਨ ਮਾਈ ਲਾਈਫ। ਅਸੀਂ ਮਾਣ ਕਰਦੇ ਹਾਂ ਤੁਹਾਡੇ ਤੇ, ਤੁਸੀਂ ਸਾਡੇ ਸਿਰ ਦਾ ਤਾਜ। ਵੀ ਇਹ ਤੋਂ ਪਹਿਲਾਂ ਟੇਲਰ ਸਵਿਫਟ ਨੇ ਬੁੱਕ ਕੀਤਾ ਸੀ ਇਹ ਸਟੇਡੀਅਮ, ਪਹਿਲੀ ਵਾਰ ਕਿਸੇ ਪੰਜਾਬੀ ਨੇ ਬੁੱਕ ਕੀਤਾ ਹੈ। ਬਹੁਤ ਵਧੀਆ ਲੱਗਿਆ ਵੀਰੇ, ਸਵਾਦ ਆ ਗਿਆ। ਜਿਹੜਾ ਗਾਣਾ ਗਾਇਆ ਵੀਰੇ ਨੇ ਪੱਗਾਂ ਪੋਚਮੀਆਂ ਵਾਲੇ, ਉਹ ਗਾਣੇ 'ਚ ਗੂਸ ਬੰਪਸ ਆ ਗਏ, ਲੂੰ ਕੰਡੇ ਖੜੇ ਹੋ ਗਏ ਵੀਰੇ, ਬਹੁਤ ਸਵਾਦ ਆਇਆ। I've never seen a Punjabi show and this is the best one I've ever been to, obviously. ਇੱਕ ਮਾਹੌਲ ਬਣਾਇਆ, ਇੱਕ ਬੰਨਿਆ, ਇਦਾਂ ਦੇ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝਾਇਆ। I loved it, best concert ever, best ਮਾਹੌਲ, best artist ever and the best human being ever, love. ਆਪਾਂ ਪੂਰੀ history ਬਣਾਤੀ ਇੱਥੇ, sorry ਬੱਚੋ। He's a fucking legend. Can I say that word? ਕਰਾਂ ਜੇ ਤੁਸੀਂ ਇੱਥੇ ਨਹੀਂ ਆਏ, ਤੁਸੀਂ ਲਾਈਕ ਹਿਸਟਰੀ ਮਿਸ ਕਰ ਗਏ ਨਾ। ਇਹ ਇਦਾਂ ਦੀ ਹਿਸਟਰੀ ਆ ਜੋ ਤੁਸੀਂ ਐਕਚੁਅਲੀ ਪੜੋਗੇ।